ਹਾਲੇਲੂਯਾ। ਵਚਨ ਚ ਲਿਖਿਆ ਮਰਕੁਸ 16 ਉਹਦੀ 16 ਐਤ ਵਿੱਚ ਜਦ ਪੜ੍ਹਦੇ ਲਿਖਿਆ, ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਵਚਨ ਦੱਸਦਾ ਕਿ ਜਿਹੜਾ ਨੇਚਾ ਕਰਦਾ ਹੈ ਅਤੇ ਬਪਤਿਸਮਾ ਲੈਂਦਾ ਆ ਕਹਿੰਦਾ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਹਦੇ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਏਗਾ, ਉਹਦੇ ਉੱਤੇ ਸਜ਼ਾ ਆਵੇਗੀ ਜੇ ਆਪਾਂ ਵਿਸ਼ਵਾਸ ਨਹੀਂ ਕਰਦੇ ਪ੍ਰਭੂ ਦੇ ਉੱਤੇ, ਨੇਚਾ ਨਹੀਂ ਕਰਦੇ। ਹਾਲੇਲੂਯਾ ਹਾਲੇਲੂਯਾ। ਲਿਖਿਆ ਨੇਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਉਹ ਸੱਪਾਂ ਨੂੰ ਵੀ ਚੁੱਕ ਲੈਣਗੇ, ਜੇ ਕੋਈ ਜ਼ਹਿਰ ਵਾਲੀ ਵੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਬੋਝ ਨਹੀਂ ਵਿਚਲੇਗਾ, ਉਹ ਰੋਗੀਆਂ ਦੇ ਹੱਥ ਰੱਖਣਗੇ ਅਤੇ ਰੋਗੀ ਚੰਗੇ ਹੋ ਜਾਣਗੇ। ਜਦੋਂ ਤੁਸੀਂ ਨੇਚਾ ਕਰਕੇ ਬਪਤਿਸਮਾ ਲਵੋਗੇ ਤਾਂ ਵਚਨ 'ਚ ਲਿਖਿਆ ਕਿ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਜਦੋਂ ਤੁਸੀਂ ਨੇਚਾ ਕੀਤੀ, ਵਿਸ਼ਵਾਸ ਕੀਤਾ ਤਾਂ ਤੁਸੀਂ ਪਵਿੱਤਰ ਆਤਮਾ ਦਾ ਅਭਿਸ਼ੇਕ ਪਾਇਆ। ਲਿਖਿਆ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ। ਹਾਲੇਲੂਯਾ। ਤਾਂ ਲਿਖਿਆ ਉਹ ਸੱਪਾਂ ਨੂੰ ਵੀ ਚੁੱਕ ਲੈਣਗੇ, ਜੇ ਕੋਈ ਜ਼ਹਿਰ ਵਾਲੀ ਵੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਵੀ ਨਹੀਂ ਵਿਚਲੇਗਾ, ਰੋਗੀਆਂ ਦਾ ਹੱਥ ਰੱਖਣਗੇ ਅਤੇ ਰੋਗੀ ਚੰਗੇ ਹੋ ਜਾਣਗੇ। ਜ਼ਹਿਰ ਵਾਲੀ ਚੀਜ਼ ਦਾ ਮਤਲਬ ਕਿ ਮੰਨ ਲਓ ਕਿ ਇਹ ਨਹੀਂ ਕਿ ਅਸੀਂ ਜਾਣ ਬੁੱਝ ਕੇ ਜ਼ਹਿਰ ਖਾ ਲਿਆ ਤਾਂ ਆਖਾਂਗੇ, ਪ੍ਰਭੂ ਵਚਨ 'ਚ ਲਿਖਿਆ ਜੇ ਕੋਈ ਜ਼ਹਿਰ ਵਾਲੀ ਚੀਜ਼ ਖਾ ਲਈ ਤਾਂ ਕੁਝ ਨਹੀਂ ਵਿਚਲੇਗਾ। ਹਾਲੇਲੂਯਾ। ਜ਼ਹਿਰ ਦਾ ਮਤਲਬ ਜਿਵੇਂ ਕੋਈ ਜਾਦੂ ਟੂਣਾ ਕੋਈ ਕਰਦਾ ਹੈ, ਕੋਈ ਚਲਾਉਂਦਾ ਹੈ, ਕੁਛ ਦੇ ਕੇ ਜਾਂਦਾ ਹੈ ਤੁਹਾਨੂੰ ਪਾ ਕੇ ਖਾਣ ਵਾਸਤੇ, ਤਾਂ ਵਚਨ ਕਹਿੰਦਾ ਜੇ ਕੋਈ ਤੁਸੀਂ ਜ਼ਹਿਰ ਵਾਲੀ ਵੀ ਚੀਜ਼ ਖਾ ਲਓਗੇ ਤੁਹਾਡਾ ਕੁਝ ਨਹੀਂ ਵਿਚਲੇਗਾ। ਹਾਲੇਲੂਯਾ। ਤਾਂ ਤੁਸੀਂ ਕੀ ਕਰੋਗੇ, ਰੋਗੀਆਂ 'ਤੇ ਹੱਥ ਰੱਖੋਗੇ ਅਤੇ ਰੋਗੀ ਚੰਗੇ ਹੋ ਜਾਣਗੇ, ਕਿਉਂਕਿ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਇਹ ਨਿਸ਼ਾਨੀਆਂ ਨੇ ਜਿਹੜੇ ਵਿਸ਼ਵਾਸ ਕਰਦੇ ਨੇ ਔਰ ਪ੍ਰਭੂ ਦੇ ਵਿੱਚ ਤੌਬਾ ਕਰਦੇ ਨੇ, ਬਪਤਿਸਮਾ ਲੈਂਦੇ ਨੇ। ਹਾਲੇਲੂਯਾ। ਕਰ ਉਸ ਤੇ ਐਤਬਾਰ।